ਅੱਜ ਇਹਨਾਂ ਨੂੰ ਦੁਬਾਰਾ ਮੈਡਮ ਪੂਨਮ ਬਾਂਸਲ CJM ਪਟਿਆਲਾ ਦੇ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਅੱਜ ਇਹਨਾਂ ਨੇ ਰਿਮਾਂਡ ਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਨਹੀਂ ਆਉਂਦੀ, ਇਹਨਾਂ ਨੇ ਸੇਮ ਉਹੀ ਰਿਕੁਐਸਟ ਕੀਤੀ ਕਿ ਸਾਨੂੰ ਪੁੱਛਗਿੱਛ ਕਰਨ ਵਾਸਤੇ ਇਹਦਾ ਪੁਲਿਸ ਰਿਮਾਂਡ ਚਾਹੀਦਾ। ਇਹਦਾ ਪੁਲਿਸ ਰਿਮਾਂਡ ਜੱਜ ਸਾਹਿਬ ਨੇ 29/11 ਤੱਕ ਦਾ ਦਿੱਤਾ। ਅਤੇ ਇਹ ਦੇਖਿਆ ਜਾਵੇ ਇਸ ਕੇਸ 'ਚ ਹੁਣ ਤੱਕ ਦਾ 29 ਡੇਜ਼ ਦਾ ਜਿਹੜਾ ਹੈ ਪੁਲਿਸ ਰਿਮਾਂਡ ਹੋ ਗਿਆ, ਪੁਲਿਸ ਨੇ ਹੁਣ ਤੱਕ ਕੋਈ ਸ਼ੋਅ ਆਫ ਕੀਤਾ ਹੋਵੇ ਕਿ ਸਾਨੂੰ ਕੁਛ ਰਿਕਵਰੀ ਕੁਛ ਨਵੀਂ ਚੀਜ਼ ਜਿਹੜੀ ਸਾਹਮਣੇ ਆਈ ਹੈ? ਦੇਖੋ ਜਿੱਥੋਂ ਤੱਕ ਰਿਕਵਰੀ ਦਾ ਕੁਐਸਚਨ ਹੈ, ਜਿਹੜੀ ਰਿਕਵਰੀਜ਼ ਪਹਿਲਾਂ ਹੋਈਆਂ ਸੀਗੀਆਂ ਸ਼ੁਰੂ ਦੇ ਵਿੱਚ, ਹੈ ਨਾ, ਉਹੀ ਰਿਕਵਰੀਜ਼ ਇਸ ਕੇਸ ਦੇ ਵਿੱਚ ਰਹੀਆਂ। ਹਾਂ, ਇਹ ਜ਼ਰੂਰ ਹੈ ਕਿ ਇਸ ਪਹਿਲੀ ਅਰੈਸਟ ਤੋਂ ਬਾਅਦ, ਸ਼ਬਨਮਦੀਪ ਦੀ ਅਰੈਸਟ ਤੋਂ ਬਾਅਦ ਇਸ ਕੇਸ ਦੇ ਵਿੱਚ ਦੋ ਅਕਿਊਜ਼ਡ ਗੁਰਸੇਵਕ ਸਿੰਘ ਅਤੇ ਜਤਿੰਦਰ ਸਿੰਘ, ਦੋ ਅਕਿਊਜ਼ ਇਹਨਾਂ ਨੇ ਨੋਮੀਨੇਟ ਕੀਤੇ ਹਨ ਦੁਬਾਰਾ। ਨਹੀਂ, ਕੁਛ ਨਹੀਂ ਰਹਿੰਦਾ ਜੀ, ਪੁਲਿਸ ਦੀ ਆਪਣੀ ਰਿਕੁਐਸਟ ਦੇ ਮੁਤਾਬਕ ਹੁਣ ਇਹਨਾਂ ਦੇ ਕੋਲ ਕੋਈ ਸਪੈਸੀਫਿਕ ਚੀਜ਼ ਨਹੀਂ ਹੈ ਜਿਹੜੀ ਇਹ ਪੁੱਛਣਾ ਚਾਹੁੰਦੇ ਹੋ। ਇਹ ਤਾਂ ਅੱਜ ਇਹਨਾਂ ਨੇ ਇਹ ਕਿਹਾ ਸੀ ਅਸੀਂ ਜਨਰਲ ਪੁੱਛਗਿੱਛ ਕਰਨਾ ਚਾਹੁੰਦੇ ਹਾਂ, ਜਨਰਲ ਪੁੱਛਗਿੱਛ ਕਰਨ ਵਾਸਤੇ ਪਹਿਲਾਂ ਹੀ ਬਹੁਤ ਰਿਮਾਂਡ ਲੈ ਚੁੱਕੇ ਸੀਗੇ। ਪੁਲਿਸ ਨੇ ਕੁਛ ਅੱਜ ਕੁਝ ਪੇਸ਼ ਕੀਤਾ ਹੋਵੇ ਪੁੱਛਗਿੱਛ ਕੀ ਸਾਹਮਣੇ ਆਇਆ? ਨਹੀਂ, ਅੱਜ ਪੁਲਿਸ ਨੇ ਕੋਰਟ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਪੇਸ਼ ਕੀਤੀ, ਨਾ ਇਹਨਾਂ ਨੇ ਕੋਈ ਐਸੀ ਗੱਲ ਕੀਤੀ ਵੀ ਅੱਜ ਇਹਨਾਂ ਦੀ ਪਹਿਲਾਂ ਪੁੱਛਗਿੱਛ ਵਿੱਚ ਕੋਈ ਅੱਜ ਨਵੀਂ ਚੀਜ਼ ਸਾਹਮਣੇ ਆਈ ਹੋ। ਨਹੀਂ, ਮੈਨੂੰ ਨਹੀਂ ਲੱਗਦਾ ਕਿ ਕੁਛ ਹੱਥ ਲੱਗੂ, ਕਿਉਂਕਿ ਜੇ ਹੱਥ ਲੱਗਣਾ ਹੁੰਦਾ ਤਾਂ ਅੱਜ ਦੀ ਤਰੀਕ ਤੱਕ ਲੱਗ ਜਾਣਾ ਸੀ ਉਹ।